ਹੈਲੋ ਐਂਡ ਵੈਲਕਮ ਗਾਈਜ਼, ਕਿਵੇਂ ਆਈ ਹੋ ਤੁਸੀਂ ਸਾਰੇ? ਘੈਂਟ ਹੋ ਗਏ ਤੇ ਗਾਈਜ਼ ਆਪੇ ਪੂਰੇ ਘੈਂਟ ਆਪੇ ਤੇਰੋਂ ਨਹਾ ਧੋ ਕੇ ਤੇ ਕਹਿੰਦੇ ਸਾਰੇ ਬੰਨ ਲਿਆ ਹੈ ਤਾਂ ਪੈਣਾ ਤਾਂ ਬਹਿ ਜਾ ਜਿੱਥੇ ਮਰਜ਼ੀ ਬਹਿ ਜਾ ਧਿਆਨ ਨਾਲ ਬੈਠੀ। ਤੇ ਮਿੱਤਰੋ ਹੁਣ ਚੱਲਦੇ ਹਾਂ ਆਪਾਂ ਇੱਧਰ ਬਾਜ਼ਾਰ ਮੰਨੀ ਚੱਲਦੇ ਹਾਂ, ਇੱਕ ਤਾਂ ਮੱਥਾ ਟੇਕ ਆਵਾਂਗੇ, ਮੱਥਾ ਟੇਕ ਕੇ ਤੇ ਬਾਜ਼ਾਰ ਦਾ ਕੱਢਦੇ ਹਾਂ ਗੇੜਾ ਛੇੜਾ ਤੇ ਉਦੋਂ ਬਾਅਦ ਚੱਲਾਂਗੇ ਬਾਈ ਪਿੰਡ। ਸਹੀ ਆ ਤੇ ਚੱਲੀਏ ਫਿਰ। ਉਹ ਬਾਈ ਕਹਿੰਦੇ ਟ੍ਰੈਫਿਕ ਹੀ ਟ੍ਰੈਫਿਕ ਹੋ ਗਿਆ ਕੱਲ੍ਹ, ਜਮ੍ਹਾਂ ਸੜਕਾਂ ਖਾਲੀ ਪਈਆਂ ਸੀ, ਹੈ ਨਾ, ਰਾਤ ਜਮ੍ਹਾਂ ਖਾਲੀ ਸੀ ਬਾਈ, ਭੀੜ ਭੜਾਕਾ ਅੱਜ ਹੀ ਇੰਨਾ ਹੋ ਗਿਆ, ਇਕੱਠ ਹੋ ਗਿਆ ਪੂਰਾ ਮਿੱਤਰੋ। ਅਤੇ ਆਪਾਂ ਜਾਣਾ ਉਹ ਵਾਲੀ ਸੜਕ, ਮੇਰੇ ਹਿਸਾਬ ਨਾਲ ਤਾਂ ਸ਼ਾਇਦ ਹੀ ਜਾਣਦੇ ਨੇ, ਬਾਕੀ ਕਰਦੇ ਹਾਂ ਗੱਲ, ਪੁੱਛਦੇ ਹਾਂ ਇਹਨਾਂ ਨੂੰ ਕੀ ਕਹਿੰਦੇ ਆ, ਦੇਖਦੇ ਹਾਂ। ਓਹੋ ਮੈਟੀ ਬਹੁਤ ਉੱਡਦਾ, ਕੀ ਹਾਲ ਆ ਬਾਈ? ਵਧੀਆ ਬਾਈ, ਤੁਸੀਂ ਦੱਸੋ? ਬਾਬਾ ਬਈ ਖੀਰ ਵਾਲਾ ਭਾਜੀ ਵਾ, ਪਹਿਲਾਂ ਰੋਟੀਆਂ ਖਾ ਲਈਆਂ ਮਿੱਤਰੋ, ਤਿੰਨ ਤਿੰਨ ਅਸੀਂ ਕੱਦੂ ਦੀ ਸਬਜ਼ੀ ਨਾਲ ਤੇ ਹੁਣ ਖੀਰ ਖਾ ਲਈ। ਬਾਬਾ ਪਾਈ ਖੀਰ ਭੱਜਣਾ, ਬਾਬਾ ਖੀਰ ਪਾ ਕੇ ਬਸ ਇੱਧਰ ਵੀ। ਕੀ ਹਾਲ ਚਾਲ ਆ? ਠੀਕ ਹੈ, ਲੰਗਰ ਲਾਇਆ ਤੁਸੀਂ? ਸਹੀ ਆ ਸਹੀ ਆ, ਠੀਕ ਆ, ਹੋਰ ਸੈਟ ਹੋ? ਬਸ ਥੈਂਕ ਯੂ ਥੈਂਕ ਯੂ ਬਾਈ, ਹੋਰ ਦੱਸੋ? ਚਲੋ ਠੀਕ ਆ ਬਾਈ, ਚਲੋ ਬਾਈ ਮਿੱਤਰੋ ਲੰਗਰ ਛਾਕ ਲਿਆ ਤੇ ਹੁਣ ਆਪਾਂ ਚੱਲਦੇ ਆਪਣੇ ਡਾਇਨਾਸੌਰ ਦੇ ਕੋਲ, ਠੀਕ ਆ, ਉਸ ਤੋਂ ਬਾਅਦ ਮੱਥਾ ਟੇਕਣ ਚੱਲਾਂਗੇ, ਮੱਥਾ ਟੇਕ ਕੇ ਤੇ ਫਿਰ ਚੱਲਾਂਗੇ ਪਿੰਡ ਨੂੰ, ਕਿਉਂਕਿ ਕੰਮ ਆ ਸਾਨੂੰ ਯਾਰ, ਨਹੀਂ ਤਾਂ ਇੱਥੇ ਰਹਿ ਪੈਂਦੇ ਅੱਜ ਵੀ, ਹੈ ਨਾ। ਲਓ ਬਈ ਇੱਥੋਂ ਸਾਰੇ ਜਾਣੇ ਜਾਂਦੇ ਆ ਤੁਰ ਕੇ ਤੇ ਟ੍ਰੈਕਟਰ ਦੇ ਲੰਘਣ ਦਿੰਦੇ ਯਾਰ, ਇੱਧਰ ਦੀ ਗੱਡੀਆਂ ਵੀ ਜਾਂਦੀਆਂ ਇਕੱਲੀਆਂ ਪੁਲਿਸ ਵਾਲਿਆਂ ਦੀਆਂ, ਇਹ ਦੇਖ ਲਓ ਬਈ, ਪੁਲਿਸ ਵਾਲਿਆਂ ਦੀਆਂ ਗੱਡੀਆਂ ਲੰਘ ਸਕਦੀਆਂ ਪਰ ਸਾਡੀਆਂ ਨਹੀਂ ਲੰਘ ਸਕਦੀਆਂ, ਇਹ ਵੀ ਕੋਈ ਲੌਜਿਕ ਆ ਗੱਲ ਦੇ ਵਿੱਚ। ਚਲੋ ਕੋਈ ਗੱਲ ਨਹੀਂ, ਆਪਾਂ ਤਾਂ ਆਪਾਂ ਬਈ ਆਪਣਾ ਡਾਇਨਾਸੌਰ ਉੱਥੇ ਸਾਈਡ 'ਤੇ ਖੜਾਤਾ ਟ੍ਰੈਕਟਰ, ਆਪਾਂ ਚੱਲਦੇ ਹਾਂ ਪੈਦਲ ਯਾਤਰਾ, ਠੀਕ ਹੈ, ਪੈਦਲ ਯਾਤਰਾ ਕਰਦੇ ਹਾਂ ਤੇ ਬਾਕੀ ਕੰਮ ਠੀਕ ਆ, ਜਾਂ ਆਟੋ ਜਾਣਾ ਫੜ ਲਵੇ ਤੁਰ ਕੇ ਠੀਕ ਆ, ਹੈ ਨਾ, ਓਨੀ ਹੌਲੀ ਇਹ ਜਾਂਦਾ ਕਰਕੇ ਦਰਸ਼ਨ ਮੱਥਾ ਟੇਕ ਕੇ ਇੱਥੇ ਝੂਲੇ ਝਾਲੇ ਵੀ ਲੱਗੇ, ਉਹ ਵੀ ਦੇਖ ਕੇ ਆਵਾਂਗੇ, ਮਾਹੌਲ ਤਾਂ ਦੇਖੀਏ ਸਾਰਾ ਸਾਰਾ ਮਾਹੌਲ ਦੇਖ ਕੇ ਤੇ ਫਿਰ ਖਿੱਚ ਦਾਂਗੇ ਪਿੰਡ ਨੂੰ ਮਿੱਤਰੋ, ਚੱਲਦੇ ਹਾਂ ਫਿਰ। ਮਿੱਤਰੋ ਪੀ ਕੇ ਜਲ ਜੀਰੇ ਦੀ ਛਬੀਰ, ਉਦੋਂ ਬਾਅਦ ਕਹਿੰਦੇ ਗੰਨੇ ਦੇ ਰਾਹ ਉਹਦਾ ਲੰਗਰ ਦਿਸ ਗਿਆ, ਆਉਂਦੇ ਹੋਏ ਸਹੀ, ਹੁਣ ਜਲ ਜੀਰਾ ਤਾਂ ਥੱਲੇ ਕਰ ਲਗੇ, ਲੜੀ ਜਾਣਗੇ ਆਪਸ ਚ, ਸਹੀ ਆ। ਤੇ ਜਲ ਜੀਰਾ ਘੈਂਟ ਸੀ ਬਾਈ, ਸਵਾਦ ਸੀ, ਹੁਣ ਗੰਨੇ ਦਾ ਰਾਹ ਆਉਂਦੇ ਹੋਏ ਪੀਵਾਂਗੇ, ਬਾਕੀ ਗਾਂ ਲੰਗਰ ਬਹੁਤ ਆ ਹਜੇ, ਆਵੇ ਠੋਕੀ ਸੀ ਵਿੱਚ ਮੁੜ ਕੇ ਕਹਿਣਗੇ ਜੀ ਤੇ ਤੂੰ ਜਾਣ ਕੇ ਉਰੇ ਨੂੰ ਕਰਦਾ ਭੈਣ ਦੀ ਪਰਾਉਂਠਾ ਦੇਣਾ, ਫਿਰ ਕਹੇਗਾ ਸ਼ੀਸ਼ਾ ਭਾਂਤਾ, ਫਿਰ ਆੜੀਓ ਚੱਕ ਚੱਕ ਪਾਉਣ ਲੱਗ ਜਾਂਦੀ ਜਨਤਾ ਸਾਡੀਆਂ, ਜਾਣ ਕੇ ਉਹਨਾਂ ਨੂੰ ਕੀਤੀ ਆ ਭੈਣ ਦੇ ਲੱਕੜੇ ਨੇ। ਚੱਲ ਕੋਈ ਨਾ, ਗੁਰੂ ਘਰ ਆਏ ਆ, ਕੀ ਕਹਿਣਾ ਹੁਣ, ਪਹੁੰਚ ਗਏ ਬਾਈ ਮਿੱਤਰੋ, ਪਹੁੰਚ ਗਏ, ਕਦੋਂ ਆਉਂਦੇ ਤੁਰੇ ਮੈਂ ਕਦੋਂ ਆਉਂਦੇ, ਅਜੇ ਤਾਂ ਗਾਹਾਂ ਫਿਰ ਵੀ ਆ ਚੌਂਕ 'ਚ ਤਾਂ ਪਹੁੰਚ ਗਏ ਨਾ ਖੰਡੇ ਵਾਲੇ 'ਚ, ਹਾਂ ਇੰਨੀ ਵਾਟੀ ਨਹੀਂ, ਇੱਦੂ ਤਾਂ ਘੱਟ ਹੀ ਰਹਿ ਗਿਆ ਹੁਣ, ਹੁਣ ਤਾਂ ਇੱਥੋਂ ਇੱਧਰ ਨੂੰ ਆ, ਹਾਂ ਸਹੀ ਆ, ਆਪੇ ਟ੍ਰੈਕਟਰ ਤਾਂ ਇੱਧਰ ਵੀ ਆਈ ਜਾਂਦੇ, ਪਰ ਯਾਰ ਇੱਧਰ ਬਾਹਲਾ ਭੀੜ ਭੜਾਕਾ ਜਾ, ਤਾਂ ਹੀ ਅਸੀਂ ਫਿਰ ਉੱਥੇ ਹੀ ਲਾਤਾ, ਹਾਂ ਲੋਕਲ ਟ੍ਰੈਕਟਰ ਬਾਈ ਇਹਨਾਂ ਨੂੰ ਭੇਜਦਾ, ਮੁੜ ਕੇ ਆਪਾਂ ਇੱਥੇ ਗੁਆਚੇ ਰਹਿ ਗਏ ਹੁਣ ਤੱਕ, ਰਾਹ ਹੀ ਨਾ ਮਿਲੇ ਬਾਈ, ਇੱਕ ਤਾਂ ਮੈਂ ਲੱਸੀ ਵਾਲੀ ਪੀ ਲਈ, ਉੱਤੋਂ ਪੀ ਲਿਆ ਉਹ ਢਿੱਡ ਜਿਹਾ ਫਰਿਆ ਪਿਆ, ਚਲੋ ਕੋਈ ਗੱਲ ਨੀ, ਤੇ ਮੈਂ ਤਾਂ ਫਿਰ ਆਪਾਂ ਤੁਹਾਨੂੰ ਕਹਿੰਦਾ ਮੈਂ ਤਾਂ ਪੀਊਂਗਾ ਬਾਈ, ਤੇ ਹੁਣ ਆਪਾਂ ਚੱਲਦੇ ਆ ਮਿੱਤਰੋ ਦਰਸ਼ਨ ਕਰਨ ਗੁਰੂ ਘਰ ਦੇ, ਉਦੋਂ ਪਹਿਲਾਂ ਤੁਹਾਨੂੰ ਉਹ ਝੂਲੇ ਝੂਟਾ ਲੈਣਾ, ਝੂਟਾ ਚੰਡੋਲ ਚ ਝੂਟਾ ਲੈਣਾ, ਹੈ ਲਈ ਆਉਂਦੇ ਹਾਂ ਭਰਾਵਾ, ਜਿਹੜਾ ਖਾਧਾ ਪੀਤਾ ਸਾਰਾ ਕੁਛ,
ਬਈ ਸ਼ਰਾਰਤੀ ਅੰਸਰ ਇਹਨਾਂ ਨੂੰ ਫੜਿਆ ਜਾਵੇ ਯਾਰ ਆਹ ਕਿਵੇਂ ਕੱਚਾ ਕੀਤਾ? ਅੱਗੇ ਆਪਾਂ ਜਦੋਂ ਹਜ਼ੂਰ ਸਾਹਿਬ ਚੱਲੇ ਉਦੋਂ ਇੱਥੇ ਆਏ ਸੀ ਮਿੱਤਰੋ ਆਪਾਂ ਇੱਧਰ ਚੰਡੋਲਾਂ ਚੜਾਲਾਂ ਮਿੱਤਰੋ ਝੂਲੇ ਝਾਲੇ ਲੱਗੇ ਆ ਹਾਂ ਇੱਧਰ ਲਾਇਆ ਸੀ ਲੋ ਬਈ ਸਾਡੇ ਨਾ ਰਿਸ਼ਤੇਦਾਰ ਮਿਲ ਗਏ ਸੀਗੇ ਦੋਨੇ ਮਾਸੀਆਂ ਤੇ ਦੋਨੇ ਮਾਸੜ ਹਨਾ ਤੇ ਮੈਂ ਵੀਡੀਓ ਬਣਾਈ ਆ ਤੇ ਮੇਰੀ ਇੱਥੇ ਆ ਕੇ ਠੋਕੀ ਮੈਂ ਕਿਹਾ ਆਹ ਕਿਹੜੀ ਬੁੜੀ ਨੇ ਠੋਕੀ ਭਰਾਵਾ ਮੈਂ ਕਿਹਾ ਕੋਈ ਚੱਕਰੀ ਪੈ ਗਈ ਤੇ ਮੈਂ ਵੇਖਿਆ ਮੈਂ ਕਿਹਾ ਇਹਦਾ ਮਾਸੀ ਆ ਚਲੋ ਕੋਈ ਚੱਕਰ ਹਾਂ ਝੂਟਾ 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 ਲਓ ਝੂਟਾ ਤੁਸੀਂ ਮੈਂ ਤਾਂ ਨਹੀਂ ਲੈਂਦਾ ਆਹ ਸਰਦਾਰ ਵਾਲਿਆਂ ਦਾ ਸੁਪਰ ਸੀਟਰ ਨਾ ਵੀਰੇ ਮੇਰਾ ਜਿਹੜਾ ਕੋਈ ਖਾਧਾ ਪੀਤਾ ਉਹ ਵੀ ਗੱਟਿਆ ਚ ਆ ਜਾਊਗਾ ਗੱਲ ਇੱਕ ਬੰਤ ਗੱਲ ਇੱਕ ਬਈ ਦਰਸ਼ਨ ਮਿੱਤਰੋ ਦਮਦਮਾ ਸਾਹਿਬ ਵਾਹਿਗੁਰੂ ਤਖ਼ਤ ਸ੍ਰੀ ਦਮਦਮਾ ਸਾਹਿਬ ਇਹ ਵੀ ਮਿੱਤਰੋ ਬਈ ਗਾਈਸ ਤਖ਼ਤ ਆਪਣਾ ਜਿਹਨੂੰ ਨਹੀਂ ਪਤਾ ਕਈ ਵਾਰੀ ਕਿਸੇ ਨੂੰ ਨਹੀਂ ਪਤਾ ਹੁੰਦਾ ਜਵਾਕਾਂ ਨੂੰ ਪੰਜਾਂ ਤਖ਼ਤਾਂ ਦੇ ਵਿੱਚ ਇਹ ਵੀ ਆਪਣਾ ਇੱਕ ਤਖ਼ਤ ਆ ਠੀਕ ਆ ਜੀ ਅਤੇ ਬਾਕੀ ਅੱਗੇ ਵੀ ਆਪਾਂ ਜੋ ਹੋਲੇ ਮਹੱਲੇ 'ਤੇ ਵੀ ਗਏ ਸੀ ਅਨੰਦਪੁਰ ਸਾਹਿਬ ਕੇਸਗੜ੍ਹ ਹੈ ਨਾ ਉਹ ਵੀ ਤਖ਼ਤ ਆ ਠੀਕ ਹੈ ਅਤੇ ਬਾਕੀ ਬਈ ਦਰਸ਼ਨ ਕਰ ਲਓ ਇੱਥੋਂ ਹੀ ਕਿਉਂਕਿ ਅੰਦਰ ਆਪਾਂ ਵੀਡੀਓ ਬਣਾਉਂਦੇ ਨਹੀਂ ਹਾਂ ਭੀੜ ਵੀ ਬਹੁਤ ਆ ਕਿਹੜਾ ਚੱਲ ਵੜੋ ਕਰੋ ਵੇ ਮਿੱਤਰੋ ਦਰਸ਼ਨ ਕਹਿੰਦੇ ਸੰਗਤ ਦੇ ਦਰਸ਼ਨ ਸਭ ਤੋਂ ਉੱਚੇ ਦਰਸ਼ਨ ਇਹਨਾਂ ਮਤਲਬ ਕਰੋ ਸੰਗਤਾਂ ਦੇ ਦਰਸ਼ਨ ਤੇ ਬਾਕੀ ਗੁਰੂ ਘਰ ਦੇ ਦਰਸ਼ਨ ਤੁਹਾਨੂੰ ਕਰਾਉਂਦੇ ਅੱਗੇ ਜਾ ਕੇ ਬਾਕੀ ਅੰਦਰ ਆਪਾਂ ਵੀਡੀਓ ਬਣਾਉਂਦੇ ਨਹੀਂ ਹੁੰਦੇ ਤੁਹਾਨੂੰ ਪਤਾ ਹੀ ਆ ਬਾਈ ਕਰੋ ਮਿੱਤਰੋ ਦਰਸ਼ਨ ਇੱਥੇ ਹੀ ਕਰ ਲਓ ਕਿਉਂਕਿ ਇਕੱਠ ਬਹੁਤ ਹੈ ਦਰਸ਼ਨ ਮੇਲਾ ਕਰਿਆ ਏ ਤੇ ਬਹੁਤ ਭੀੜ ਸੀ ਬਾਈ ਬਹੁਤ ਟਾਈਮ ਲੱਗ ਗਿਆ ਤੇ ਹੁਣ ਇਸ ਤੋਂ ਬਾਅਦ ਇੱਧਰ ਦੇਖਦੇ ਆ ਬਾਈ ਕੀ ਮਾਹੌਲ ਚਾਲ ਆ ਹਨਾ ਇੱਧਰ ਰਹਿੰਦੇ ਆ ਦੇਖ ਬਾਬੇ ਝੂਲਦੇ ਉਹ ਖਿਡਾਉਣੇ ਵਾਲੀਆਂ ਦੁਕਾਨਾਂ ਮੈਕੂ ਵਾਸਤੇ ਬਾਲੀਆਂ ਲਿਆਂਦੀਆਂ ਭਰਾਵਾ ਚੀਜੀ ਖਾਣੀ ਆ ਚੀਜੀ ਖਵਾ ਦੇਣੀ ਉਹ ਟੰਗ ਦੀ ਟੋਪੀ ਔਖਾ ਹੀ ਆ ਔਖਾ ਹੀ ਆ
ਕਿਹੜੇ ਕਿਹੜੇ ਤਰ ਲੈਂਦੇ ਹੁਣ ਦੱਸੋ ਵਲੌਗ ਚ? ਤੂੰ ਬਈ ਦੋ ਜਾਣੇ ਤਰ ਲੈਂਦੇ, ਦੋ ਜਾਣੇ ਲੈਂਦੇ ਜੀ, ਮਾੜੀ ਗੱਲ ਆ ਦੋ ਲਿਆ ਜੀ ਇਹਨਾਂ ਨੇ ਸੜ ਤੇ ਤਰ ਲੈਣ ਕਿੰਨੀ ਵਧੀਆ ਤਰ ਲੈਂਦੇ ਆ ਲੰਮੀ ਉਹ ਤੱਕ ਬਾਕੀ ਚੌਸਤਾ ਬਈ ਹਾਂ ਲੰਮਾ ਤਰ ਲੈਂਦੇ ਆ ਲੰਮਾ ਤਰ ਲੈਂਦੇ ਉਹ ਤੱਕ ਸੂਏ ਚ ਕਰਦੇ
ਇੱਥੋਂ ਹੀ ਲਗਾਉਣਾ।